ਸਸ਼ੀ ਕਾਲ ਜੀ ਮੈਂ ਤੁਹਾਡੀ ਆਪਣੀ ਤਵਲੀਨ ਕਰ ਔਰ ਤੁਸੀਂ ਦੇਖ ਰਹੇ ਹੋ ਟੀਆਰਪੀ ਤੇ ਜਿੱਦਾਂ ਤੁਹਾਨੂੰ ਪਤਾ ਕਿ ਸਾਡਾ ਜੰਮੂ ਫਾਰਵਰਡ ਹੋ ਰਿਹਾ ਐ ਐਂਡ ਬਹੁਤ ਸਾਰੇ ਲੋਕ ਸਾਡੇ ਜੰਮੂ ਨੂੰ ਵੀ ਅੱਗੇ ਲੈ ਕੇ ਜਾ ਰਹੇ ਨੇ ਤੇ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣਾ ਚਾਹਾਂਗੀ ਐਨੀ ਹਾਉ ਮਿੱਟੀ ਪਾਉ ਦੀ ਟੀਮ ਨਾਲ ਸਾਡੇ ਜਿਹੜੇ ਐਕਟਰ ਹਨ ਹਰਿਸ਼ ਬਰਮਾ ਜੀ ਤੇ ਪਲੱਸ ਸਾਡੇ ਜਿਹੜੇ ਪ੍ਰੋਡਿਊਸਰ ਨੇ ਮੂਵੀ ਦੇ ਉਪਕਾਰ ਸਿੰਘ ਜੀ ਉਹਨਾਂ ਨਾਲ ਸਸ਼ੀ ਕਾਲ ਦੋਵਾਂ ਦਾ ਵੈਲਕਮ ਹੈ ਬਹੁਤ-ਬਹੁਤ ਟੀਆਰਪੀ ਤੇ ਸਸ਼ੀ ਕਾਲ ਜੀ ਹਾਂ ਜੀ ਤੇ ਬਹੁਤ ਵਧੀਆ ਲੱਗਾ ਤੁਹਾਨੂੰ ਇੱਥੇ ਦੇਖ ਕੇ ਹੈ ਨਾ ਵੈਸੇ ਜੰਮੂ ਦੇ ਲੋਕ ਐਸੇ ਬਹੁਤ ਜ਼ਿਆਦਾ ਪਿਆਰੇ ਬਹੁਤ ਜ਼ਿਆਦਾ ਪਿਆਰੇ ਜਿਸ ਤਰ੍ਹਾਂ ਕਿ ਮੈਂ ਹੈ ਨਾ ਵੈਸੇ ਇਹਨਾਂ ਦੇ ਮੂੰਹ ਤੋਂ ਤਾਰੀਫ ਕਰਾਣਾ ਬਹੁਤ ਔਖੀ ਹੈ ਉਹਨਾਂ ਨੇ ਬੋਲੇ ਹਾਂ ਹਾਂ ਵੈਸੇ ਬਿਲਕੁਲ ਬਿਲਕੁਲ ਔਰ ਤੁਹਾਨੂੰ ਸੈੱਟ ਦਾ ਮਾਹੌਲ ਕਿਹੋ ਜਿਹਾ ਲੱਗਾ ਇੱਧਰ ਆ ਕੇ ਇੱਧਰ ਅੱਛਾ ਲੱਗਾ ਤੁਹਾਨੂੰ ਇੱਧਰ ਜਿਸ ਤਰ੍ਹਾਂ ਕਿ ਸ਼ੂਟ ਹੋਇਆ ਬਹੁਤ ਅੱਛਾ ਲੱਗਾ ਜੀ ਇਸ ਪੂਰੀ ਫਿਲਮ ਦਾ ਜਿੰਨਾ ਵੀ ਅਸੀਂ ਸ਼ੂਟ ਕੀਤਾ ਸਾਰਾ ਮਾਹੌਲ ਬਹੁਤ ਬਹੁਤ ਪਿਆਰਾ ਸੀ ਬਹੁਤ ਵਾਰਮ ਸੀ ਮਾਹੌਲ ਚ ਨਿੱਗ ਸੀ ਔਰ ਕਾਰ ਵਰਗਾ ਮਾਹੌਲ ਸੀ ਸਰ ਕਾਰ ਵਰਗਾ ਸੀ ਨਾ ਤੇ ਕੀ ਡਿਫਰੈਂਸ ਤੁਹਾਨੂੰ ਲੱਗਦਾ ਜੰਮੂ ਐਂਡ ਪੰਜਾਬ ਚ ਥੋੜਾ ਕੁਝ ਮਿਲਿਆ ਕੋਈ ਡਿਫਰੈਂਸ ਐਕਚੁਅਲੀ ਪਿਆਰ ਤਾਂ ਉਵੇਂ ਹੀ ਮਿਲਦਾ ਇੱਥੇ ਵੀ ਉਵੇਂ ਹੀ ਮਿਲਿਆ ਜਿਵੇਂ ਪੰਜਾਬ ਚ ਮਿਲਦਾ ਤੇ ਬੜੇ ਖੁਸ਼ ਮਜ਼ਾਜ ਖੁੱਲੇ ਦਿਲ ਦੇ ਲੋਕ ਨੇ ਮੈਂ ਪਹਿਲੀ ਵਾਰ ਆਇਆ ਜੰਮੂ ਔਰ ਮੈਨੂੰ ਬੜਾ ਅੱਛਾ ਲੱਗਾ ਮੈਨੂੰ ਉਸ ਪਿਆਰ ਵਾਲਾ ਉਸ ਨਿਕ ਚ ਤਾਂ ਕੋਈ ਡਿਫਰੈਂਸ ਨਹੀਂ ਲੱਗਾ ਬਹੁਤ ਬਹੁਤ ਵਧੀਆ ਤੇ ਡੋਗਰੀ ਜਿਸਨ ਸਾਡੀ ਇਹਦੀ ਲੈਂਗੁਏਜ ਹੋ ਗਈ ਹੈ ਨਾ ਤੇ ਅਗਰ ਮੈਂ ਤੁਹਾਨੂੰ ਬੋਲਾਂਗੀ ਕੋਈ ਡੋਗਰੀ ਦਾ ਵਰਡ ਬੋਲੋ ਕੋਈ ਬੋਲੋਗੇ ਕੁਝ ਕੰਨੇ ਹੋ ਜੋ ਓ ਗਾਡ ਕਿਨੋ ਬਣੀ ਸੀ ਕੰਨੇ ਹੋ ਜੋ ਦੇਖ ਲਓ ਇਹਨਾਂ ਨੇ ਯਾਦ ਕਰ ਲਿਆ 2 ਮਿੰਟ ਚ ਪਹਿਲੇ ਤਾਂ ਕੁਝ ਪਤਾ ਹੋਏ ਨਹੀਂ ਪਹਿਲਾਂ ਤਾਂ ਮੈਨੂੰ ਇੰਨਾ ਕੁਝ ਆਈਡੀਆ ਨਹੀਂ ਸੀਗਾ ਬਟ ਇਹ ਹੈ ਕਿ ਜੇ ਮੈਂ ਸੁਣੂੰਗਾ ਤਾਂ ਮੈਂ ਪਰ ਮੈਨੂੰ ਪਿਆਰੀ ਬਹੁਤ ਲੱਗੀ ਇਹ ਜ਼ੁਬਾਨ ਹਾਂ ਤੇ ਓਕਾਰ ਜਿ ਜਦੋਂ ਤੁਸੀਂ ਇਸ ਮੂਵੀ ਨੂੰ ਇੱਥੇ ਜੰਮੂ ਚ ਲੈ ਕੇ ਆਏ ਹੋ ਤੁਹਾਡੇ ਮਾਈਂਡ ਚ ਐਸਾ ਕੀ ਹੀ ਕੀ ਜੰਮੂ ਚ ਕਰਨੀ ਕਰਨੀ ਹੈ ਪੂਰੀ ਸ਼ੂਟਿੰਗ ਜਿਸ ਤਰ੍ਹਾਂ ਕਿ ਤੁਸੀਂ ਅੱਧੀ ਤੋਂ ਜ਼ਿਆਦਾ ਸ਼ੂਟਿੰਗ ਜਿਹੜੀ ਜੁਕੇ ਕੀਤੀ ਹੈ ਫਿਰ ਤੁਸੀਂ ਜੰਮੂ ਆਏ ਹੋ ਇਹ ਤੁਹਾਡੇ ਮਾਈਂਡ ਚ ਕੀ ਚੀਜ਼ ਸੀ ਪਹਿਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬੇਸਿਕਲੀ ਮੈਂ ਇੱਥੇ ਦਾ ਹੀ ਰਹਿਣ ਵਾਲਾ ਸਿੰਬਲ ਕੈਂਪ ਮੇਰਾ ਪਿੰਡ ਹੈਗਾ ਔਰ ਇਸ ਪੂਰਾ ਤਹਸੀਲ ਵਿੱਚ ਤੇ ਇਹ ਫਿਲਮ ਪੂਰੀ ਸ਼ੂਟ ਅਸੀਂ ਹਰਿਸ਼ਪਾਜੀ ਨਾਲ ਜੰਜੋਤ ਪਾਜੀ ਨਾਲ ਅਸੀਂ ਸ਼ੂਟ ਕੀਤੀ ਹੈ ਲੰਡਨ ਵਿੱਚ ਇੱਕ ਸ਼ਹਿਰ ਹੈਗਾ ਡੈਵਨ ਇੰਗਲੈਂਡ ਦੇ ਵਿੱਚ ਤੇ ਥੋੜਾ ਮਨ ਵੀ ਸੀ ਕਿ ਅਸੀਂ ਜੰਮੂ ਦੇ ਸਾਡੀ ਵੀ ਥੋੜੀ ਰਿਸਪੌਂਸਿਬਿਲਟੀ ਬੰਦੀ ਹੈ ਕਿ ਆਪਣੇ ਸ਼ਹਿਰ ਨੂੰ ਆਪਣੇ ਪਿੰਡ ਨੂੰ ਪ੍ਰੋਮੋਟ ਕਰੀਏ ਆਪਣੀ ਲੈਂਗੁਏਜ ਜਿਹੜੀ ਇੱਥੇ ਡੋਗਰੀ ਹੈ ਪੰਜਾਬੀ ਹੈ ਉਹਨੂੰ ਪ੍ਰੋਮੋਟ ਕਰੀਏ ਤੇ ਬਾਹਰ ਦੇ ਐਕਟਰ ਐਕਟ੍ਰੈਸ ਨੂੰ ਲਿਆ ਕੇ ਜੰਮੂ ਦਿਖਾਈਏ ਤਾਂ ਕਿ ਜੰਮੂ ਵਿੱਚ ਜੰਮੂ ਦੀ ਡਿਵੈਲਪਮੈਂਟ ਵਿੱਚ ਅਸੀਂ ਥੋੜਾ ਜਿਹਾ ਆਪਣਾ ਹਿੱਸਾ ਪਾਈਏ ਉਹ ਹੀ ਇੱਕ ਮੋਟਿਵ ਸੀ ਤੇ ਇੱਕ ਜਿਲੋਂ ਚਾਹ ਹੁੰਦਾ ਸੀ ਕਿ ਭਾਈ ਇਨੇ ਟਾਈਮ ਅਸੀਂ 18 ਸਾਲ ਤੋਂ ਬਾਹਰ ਰਹ ਰਹੇ ਆ ਤੇ ਕਿਉਂ ਨਹੀਂ ਸਾਡਾ ਪਹਿਲਾ ਪ੍ਰੋਜੈਕਟ ਆ ਰਿਹਾ ਸੀ ਜੰਮੂ ਤੋਂ ਵੀ ਥੋੜੀ ਸ਼ੁਰੂਆਤ ਕਰੀਏ ਔਰ ਅਸੀਂ ਬਹੁਤ ਥੈਂਕ ਯੂ ਐਤਿਹ ਦੀ ਐਡਮਿਨਿਸਟ੍ਰੇਸ਼ਨ ਦਾ ਯੂਨੀਵਰਸਿਟੀ ਦਾ ਹਰੀ ਨਿਵਾਸ ਦਾ ਜਿਨ੍ਹਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਜੀ ਜੀ ਤੇ ਮੈਂ ਸਾਡੇ ਜਿਹੜੇ ਮੇਨ ਲੀਡ ਇਹਨਾਂ ਨੂੰ ਪੁੱਛਣਾ ਚਾਹਾਂਗੀ ਕਿ ਤੁਸੀਂ ਆਪਣੀ ਫਿਲਮਾਂ ਦੀ ਸ਼ੁਰੂਆਤ ਕਿਸ ਤਰ੍ਹਾਂ ਕਰ ਦਿੱਤੀ ਮਤਲਬ ਕਿ ਸੋਚਿਆ ਸੀ ਕਿ ਮੈਂ ਐਕਟਰ ਬਣਾਂਗਾ ਹਾਂਜੀ ਮੈਂ ਐਕਚੁਅਲੀ ਪੰਜ ਪੰਜ ਤੋਂ ਹੀ ਐਸウェਲ ਨੂੰ ਇਨਕਲਾਈਨਟ ਸੀਗਾ ਜਦੋਂ ਮੈਂ ਸਕੂਲ ਟਾਈਮਸ ਸੀ ਉਦੋਂ ਵੀ ਮੈਂ ਸਟੇਜ ਤੇ ਪਰਫਾਰਮ ਕਰਦਾ ਸੀ ਫਿਰ ਕਾਲਜ ਟਾਈਮਸ ਫਿਰ ਮੈਂ ਥੀਏਟਰ ਜੁਆਇਨ ਕਰ ਲਿਆ ਹੌਲੀ ਹੌਲੀ ਕਲਰਸ ਤੇ ਮੇਰਾ ਸੀਰੀਅਲ ਆਉਂਦਾ ਸੀ ਇੱਕ ਨਾ ਆ ਨਾ ਜੈਸ ਲਾਡੂ ਤੇ ਉਸ ਤੋਂ ਬਾਅਦ ਫਿਰ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਯਾਰ ਅਨਮੁੱਲੇ ਪਹਿਲੀ ਹਿੱਟ ਸੀ ਜਿਸ ਨੇ ਮੈਨੂੰ ਬਹੁਤ ਪਪੂਲਰ ਕੀਤਾ ਜੱਟ ਟਿੰਕਾ ਤੋਰ ਤੇ ਫਿਰ ਹੌਲੀ ਹੌਲੀ ਚੱਲ ਸੋ ਚੱਲ ਇਧਰ ਨੂੰ ਜਿਦਾ ਕਿ ਮੈਨੀਫੈਸਟ ਨਾਮ ਦੀ ਕੋਈ ਚੀਜ਼ ਹੁੰਦੀ ਵੈਸੇ ਤੁਸੀਂ ਬੋਲੇ ਕਿ ਮੈਂ ਬਚਪਨ ਤੋਂ ਹੀ ਸੋਚਿਆ ਸੀ ਮੈਂ ਐਕਟਰ ਬੰਨਾ ਹੈ ਨਾ ਤੇ ਮਤਲਬ ਕੋਈ ਚੀਜ਼ ਸੋਚੋ ਤੇ ਉਹ ਕੰਪਲੀਟ ਹੋ ਜਾਂਦੀ ਵੈਸੇ हां जी हां बिल्कुल जी हो जाएगी ਤੁਸੀਂ ਉਹ ਕਹਿੰਦੇ ਨਾ ਵੀ ਅਗਰ ਕਿਸੇ ਚੀਜ਼ ਕੋ ਸ਼ਿੱਤਸ سے ਚਾਹੋ ਤਾਂ ਸਾਰੀ ਕਾਇਨਾਤ ਤੁਹਮੇ ਉਸੇ ਮਿਲਾਨੇ ਦੀ ਸਾਜਿਸ਼ ਕਰਦੀ ਹੈ ਤੇ ਫਿਰ ਹੁਰ ਜਬਾਪਸ ਜਮੂ ਆਓਗੇ ਮੌਕਾ ਮਿਲੇਗਾ ਵਾਪਸ ਮੂਵੀ ਕਰੋਗੇ ਸਾਡੇ ਇਧਰ 100% ਮੈਂ ਤਾਂ ਬਾਜੀ ਹੋਰਾਂ ਨਾਲ ਹੀ ਦੁਬਾਰਾ ਜੁੜ ਕੇ ਕਰਨਾ ਚਾਹਾਂਗਾ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਬਾਜੀ ਹੋਰਾਂ ਨੇ ਸਿੰਬਲਸ ਦਰਬਾਰ ਜਿਹੜਾ ਆਪਣਾ ਪ੍ਰੋਡਕਸ਼ਨ ਨਾਲ ਸ਼ੁਰੂ ਕੀਤਾ ਉਸ ਸਭ ਤੋਂ ਪਹਿਲਾਂ ਗੁਰਬਾਣੀ ਚੋਂ ਸ਼ਬਦ ਕਰਕੇ ਸ਼ੁਰੂ ਕੀਤਾ ਆਪਣਾ ਸੋ ਦੈਟ ਇੱਕ ਤਮਾਰਾ ਜੀ ਦੀਆਂ ਬਲੇਸਿੰਗਸ ਮਿਲ ਜਾਣ ਤੇ ਜੋ ਵੀ ਸਟੈਪਸ ਚੱਕ ਰਹੇ ਆ ਉਹ ਹਮੇਸ਼ਾ ਬਾਜੀ ਕਹਿੰਦੇ ਨੇ ਕਿ ਯਾਰ ਅਸੀਂ ਤਾਂ ਚੱਕਰ ਮਾਰਦੇ ਰਹਿੰਨੇ ਆ ਮੈਂ ਬੱਚਿਆਂ ਨੂੰ ਦੋ ਤਿੰਨ ਦਫਾ ਸਾਲ ਚ ਲੈ ਕੇ ਆਉਣਾ ਤਾਂ ਬੜੀ ਸੋਹਣੀ ਗੱਲ ਹੈ ਕਿ ਬਾਜੀ ਹੋਰਾਂ ਇੱਥੇ ਨਾਲ ਜੁੜੇ ਨੇ 18 ਸਾਲ 20 ਸਾਲ ਤੋਂ ਬਾਹਰ ਨੇ ਐਂਡ ਜਨਜੋਤ ਬਾਜੀ ਸਾਡੇ ਡਾਇਰੈਕਟਰ ਜਿਹੜੇ ਫਿਲਮ ਦੇ ਉਹ ਵੀ ਇੱਥੋਂ ਹੀ ਨੇ ਤੇ ਉਹਨਾਂ ਨੇ ਵੀ ਬੜੇ ਮਾਰਕੇ ਮਾਰੇ ਜਿਵੇਂ ਤਿੰਨ ਫਿਲਮਾਂ ਬੈਕ ਟੂ ਬੈਕ ਸੁਪਰ ਹਿੱਟ ਉਹਨਾਂ ਦੀਆਂ ਰਹੀਆਂ ਚੱਲ ਮੇਰਾ ਪੁੱਤ ਸੀਰੀਜ਼ ਹੈ ਜਿਹੜੀ ਉਹਨਾਂ ਨਾਲ ਕੰਮ ਕਰ ਰਹੇ ਆ ਤੇ ਬਹੁਤ ਬਹੁਤ ਵਧੀਆ ਐਕਸਪੀਰੀਅੰਸ ਹੈ ਜੀ ਤੇ ਮੂਵੀ ਬਾਰੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਿ ਕਦੋਂ ਆਓ ਥੀਏਟਰ ਚ ਆਓ ਇਹ ਦੇਖੋ ਸਾਡੀ ਫਿਲਮ ਜਿਹੜੀ ਆ ਜੀ ਇਹ 6 ਅਕਤੂਬਰ ਨੂੰ ਸਿਨੇਮਾ ਕਰੰਚ ਆ ਰਹੀ ਹੈ ਵਰਲਡ ਵਾਈਡ ਬਹੁਤ ਸੋਹਣੀ ਫਿਲਮ ਹੈ ਖਾਸ ਤੌਰ ਤੇ ਇਸ ਗੱਲ ਦਾ ਖਿਆਲ ਰੱਖ ਕੇ ਬਣਾਈ ਹੈ ਕਿ ਪਰਿਵਾਰ ਬੈਠ ਕੇ ਦੇਖ ਸਕਦੇ ਤੇ ਇੰਜੋਏ ਕਰੇ ਸਾਡੇ ਰਾਈਟਰ ਨੇ ਜਸ ਗਰੇਵਾਲ ਜਿਨ੍ਹਾਂ ਨੇ ਬਹੁਤ ਕਮਾਲ ਦੀਆਂ ਫਿਲਮਾਂ ਪੰਜਾਬੀ ਸਨਮਚ ਬਣਾਈਆਂ ਜਿਵੇਂ ਦਾਣਾ ਪਾਣੀ ਰੱਬ ਦਾ ਰੇਡੀਓ ਚਟ ਜੇਮਸ ਬੌਂਡ ਤੇ ਬੰਬੂ ਕਾਰਟ ਸੋ ਇਹ ਜੋ ਟੀਮ ਜੁੜੀ ਹੈ ਜੋ ਟੀਮ ਮਿਲੀ ਹੈ ਕਾਰਪਾਜੀ ਜਨਜੋਤਪਾਲ ਜੀ ਜਸਪਾ ਜੀ ਮੈਨੂੰ ਲੱਗਦਾ ਸਾਨੂੰ ਵੀ ਕਲਾਕਾਰਾਂ ਨੂੰ ਉਹ ਆਪਣਾ ਜੋ ਕਲਾਕਾਰ ਹੈ ਅੰਦਰ ਜੋ ਜੋ ਕੈਰੈਕਟਰਸ ਨੇ ਜੋ ਉਹ ਚੰਗੇ ਤਰੀਕੇ ਨਾਲ ਦਿਖਾਉਣ ਦਾ ਮੌਕਾ ਮਿਲਿਆ ਐਂਡ ਏ ਏ ਏ ਸ਼ੌਰਲੀ ਸ਼ੌਰਲੀ ਲੋਕ ਐਂਟਰੇਨ ਟੇਨ ਕਰੂਗੀ ਫਿਲਮ ਤੇ ਐਕਟਿੰਗ ਦੇ ਬਾਰੇ ਅਗਰ ਮੈਂ ਬੋਲਾਂ ਕਿ ਜਿਸ ਤਰ੍ਹਾਂ ਕਿ ਜੜੇ ਸਾਡੇ ਇਧਰ ਦੇ ਬੱਚੇ ਜਿਨ੍ਹਾਂ ਨੂੰ ਐਕਟਿੰਗ ਦਾ ਸ਼ੌਂਕ ਹੈ ਉਹਨਾਂ ਨੂੰ ਕੋਈ ਤੁਸੀਂ ਕੋਈ ਇੱਕ ਟਿਪ ਦੇਣਾ ਚਾਹੋਗੇ ਐਕਟਿੰਗ ਦੇ ਬਾਰੇ ਵਿੱਚ ਟਿਪ ਐਕਚੁਅਲੀ ਐਕਟਿੰਗ ਇੱਕ ਕਹਿੋ ਜਿਹਾ ਪ੍ਰੋਸੈਸ ਹੈ ਜਿਹੜਾ ਕਿ ਮੈਂ ਜੋ ਮੈਨੂੰ ਸਮਝ ਲੱਗਾ ਥੋੜੀ ਬਹੁਤ ਜਿਹੜੀ ਮੈਨੂੰ ਸਮਝ ਲੱਗੀ ਗੱਲ ਕਿ ਇੱਕ ਤੁਹਾਡਾ ਆਈਕਿਊ ਤੁਸੀਂ ਕਿਦਾਂ ਕਿਸੇ ਚੀਜ਼ ਨੂੰ ਅੰਡਰਸਟੈਂਡ ਕਰਦੇ ਹੋ ਤੇ ਕਿਦਾਂ ਐਕਸਪ੍ਰੈਸ ਕਰਦੇ ਹੋ ਉਹ ਵੈਸੇ ਤਾਂ ਐਕਸਪੀਰੀਅੰਸ ਸਿਖਾਉਂਦਾ ਬਟ ਜਿਹ ਐਕਸਪੀਰੀਅੰਸ ਲੈ ਸੋ ਵਨ ਸ਼ੁੱਡ ਜੁਆਇਨ ਥੀਏਟਰ ਥੀਏਟਰ ਤੋਂ ਬੈਸਟ ਕੋਈ ਚੀਜ਼ ਨਹੀਂ ਹੈ ਮੈਂ ਖੁਦ ਥੀਏਟਰ ਤੋਂ ਹਾਂ ਥੀਏਟਰ ਜਿਵੇਂ ਨਾਟਕ ਹੁੰਦੇ ਨੇ ਲਿਟਰੇਚਰ ਪੜ੍ਹਨਾ ਇਹ ਚੀਜ਼ਾਂ ਤੁਹਾਨੂੰ ਬੜਾ ਹੈਲਪ ਕਰਦੀਆਂ ਸੋ ਅਗਰ ਕੋਈ ਅੰਡਰਸਟੈਂਡ ਕਰਨਾ ਚਾਹਵੇ ਤਾਂ ਇਹ ਇੱਕ ਜ਼ਰੀਆ ਹੈ ਜਿਸ ਨਾਲ ਤੁਸੀਂ ਆਪਣੇ ਅੰਦਰ ਨੂੰ ਨਖਾਰ ਸਕਦੇ ਹੋ ਜੀ ਬਿਲਕੁਲ ਤੇ ਅਗਰ ਮੈਂ ਪੁੱਛਾਂ ਕਿ ਪੂਰੇ ਸੈਟ ਵਿੱਚ ਤੁਹਾਡਾ ਫੇਵਰਿਟ ਕੌਣ ਸੀ ਪੂਰੀ ਪ੍ਰੋਡਕਸ਼ਨ ਚ ਮੇਰਾ ਪੂਰਾ ਸਭ ਤੋਂ ਜ਼ਿਆਦਾ ਫੇਵਰਿਟ ਮੈਨੂੰ ਮੈਨੂੰ ਭਾਜੀ ਨਾਲ ਬਹੁਤ ਪਿਆਰ ਪੈ ਗਿਆ ਮੇਰਾ ਭਾਜੀ ਬਹੁਤ ਖੂਬਸੂਰਤ ਇਨਸਾਨ ਨੇ ਓਨੈਸਟਲੀ ਸਪੀਕਿੰਗ ਅਮ ਇਸ ਫਿਲਮ ਨੂੰ ਕਰਕੇ ਅੰਦਰੋਂ ਤਸੱਲੀ ਆਇਆ ਕਿ ਚਲ ਚੰਗੇ ਬੰਦਿਆਂ ਨਾਲ ਜੁੜੇ ਜਿਹੜੇ ਸਾਨੂੰ ਚੰਗੇ ਤਰੀਕੇ ਨਾਲ ਜਨਨ ਨੇ ਸਾਡੀ ਕਲਾ ਨੂੰ ਸਾਨੂੰ ਸਾਡੇ ਸਕਿੱਲ ਨੂੰ ਇਸਤੇਮਾਲ ਕੀਤਾ ਔਰ ਸਭ ਦੇ ਸਾਹਮਣੇ ਲੈ ਕੇ ਆਉਣਗੇ ਸੋ ਵੈਸੇ ਤਾਂ ਸਾਰੇ ਦਾ ਸਾਰਾ ਮਾਹੌਲ ਬੜਾ ਭਾਜੀ ਹੋਰ ਹੁਣ ਇਹ ਤਾਂ ਚਲੋ ਕੀ ਤੁਹਾਨੂੰ ਦੱਸੀਏ ਕਿ ਕਿੱਤਾਂ ਅਸੀਂ ਰਹੇ ਹਾਂ ਉੱਥੇ ਇਸ ਦਾ ਘਰ ਵਾਂਗੂ ਰਹੇ ਹਾਂ ਜੀ ਇਹਨਾਂ ਦਾ ਘਰ ਹੀ ਉਧਰ ਹੈ। ਯੇਸ ਯੇਸ ਨਹੀਂ ਅਸੀਂ ਵੈਸੀ ਵੀ ਘਰ ਵਾਂਗੂ ਰਹੇ ਆ ਕੋਈ ਇਹ ਨਹੀਂ ਕਿ ਭਾਜੀ ਲਈ ਮੈਂ ਕਲਾਕਾਰਾਂ ਜਾਂ ਮੇਰੇ ਲਈ ਭਾਜੀ ਪ੍ਰੋਡਿਊਸਰ ਨੇ ਜਾਂ ਜੰਜੋਤ ਹੋਰਾਂ ਲਈ ਮੈਂ ਐਕਟਰਾਂ ਜਾਂ ਮੇਰੇ ਲਈ ਡਾਇਰੈਕਟਰ ਨੇ ਮਤਲਬ ਸਾਰੇ ਇੱਕ ਦੂਜੇ ਨਾਲ ਮਿਲ ਕੇ ਹਾਸੇ ਖੇਡੇ ਚ ਸਾਂ ਫਿਲਮ ਕਰਦੇ। ਤੁਹਾਨੂੰ ਐਕਟਿੰਗ ਦੀ ਫੀਲਡ ਵਿੱਚ ਸਭ ਤੋਂ ਜ਼ਿਆਦਾ ਇਨਸਪਾਇਰ ਕਿਨੇ ਕੀਤਾ ਅਜ ਤੱਕ ਅger ਕਿ ਆ ਜਾਏ ਤੇ ਮੈਨੂੰ ਸਭ ਤੋਂ ਜ਼ਿਆਦਾ ਜਿਨ੍ਹਾਂ ਦਾ ਮੈਂ ਬਹੁਤ ਜ਼ਿਆਦਾ ਮਰੀਦ ਰਹਾ ਧਰਮ ਜੀ ਤਰਮਿੰਦਰ ਸਾਹਿਬ ਤੇ ਉਹਨਾਂ ਨੂੰ ਛੋਟੇ ਹੁੰਦੇ ਤੋਂ ਪਤਾ ਨਹੀਂ ਕਿਉਂ ਮੈਨੂੰ ਬੜਾ ਅਟਰੈਕਟ ਕਰਦੇ ਨੇ ਫੇਰ ਫੇਰ ਸ਼ਾਹਰੂਖ ਖਾਨ ਸਾਹਿਬ ਅੰਤਬ ਬਚਨ ਵੱਡੇ ਵੱਡੇ ਕਲਾਕਾਰ ਜਿੰਨੇ ਵੀ ਨੇ ਲੀਨਾਰਡੋ ਡਿਕੇਪ੍ਰਿਓ ਉਹਨਾਂ ਸਾਰਿਆਂ ਦੀਆਂ ਜਿਹੜੀਆਂ ਜੋ ਕraft ਆ ਉਹਨਾਂ ਦਾ ਇਰਫਾਨ ਖਾਨ ਸਾਹਿਬ ਮੈਂ ਬੜਾ ਇਨਸਪਾਇਰਡ ਹਾਂ ਲੋਕਾਂ ਤੋਂ ਦੀ ਬਹੁਤ ਹੀ ਵਧੀਆ ਲੱਗਾ ਤੁਸੀ ਗੱਲ ਕਰਕੇ ਤੁਹਾਡੇ ਨਾਲ ਆਈ ਹੋਪ ਕਿ ਤੁਸੀਂ ਇਸ ਤਰ੍ਹਾਂ ਜੰਮੂ ਚਾਹੁੰਦੇ ਰਹੋਗੇ ਸਾਡੇ ਜੰਮੂ ਚ ਮੂਵੀਜ਼ ਵੀ ਕਰਦੇ ਰਹੋਗੇ ਸਾਨੂੰ ਸਪੋਰਟ ਕਰਦੇ ਰਹੋਗੇ ਐਨ ਓਪਕਾਰ ਜੀ ਨੂੰ ਮੈਂ ਬਹੁਤ ਬਹੁਤ ਥੈਂਕ ਯੂ ਕਰਨਾ ਚਾਹਾਂਗੀ ਕਿ ਸਾਡੇ ਜੰਮੂ ਦੇ ਟੈਲੈਂਟ ਨੂੰ ਅੱਗੇ ਲੈ ਕੇ ਜਾ ਰਹੇ ਨੇ ਇੰਨਾ ਸਪੋਰਟ ਕਰ ਰਹੇ ਨੇ ਥੈਂਕ ਯੂ ਸੋ ਮੱਚ ਤੇ ਕੀ ਕਹਿਣਾ ਚਾਹੋਗੇ ਜਾਂਦੇ ਟਾਈਮ ਜੰਮੂ ਦੀ ਜਨਤਾ ਨੂੰ ਓਪਕਾਰ ਜੀ ਮੈਂ ਆਈ ਕਹਿਣਾ ਚਾਹੁੰਦਾ ਕਿ ਅਸੀਂ ਇਹ ਬੜੀ ਮੁਸ਼ਕਿਲ ਕਰਨੇ ਫਿਲਮ ਬਣਾਈ ਹੈ ਮure ਮੁਸ਼ਕਿਲ ਹਾਲਾਤਾਂ ਵਿੱਚ ਜਿੱਦਾਂ ਭਾਈ ਨੇ ਦੱਸਿਆ ਕਿ ਅਸੀਂ ਕਾਫੀ ਲੰਡਨ ਤੋਂ ਕੋਈ 4-5 ਘੰਟੇ ਦੂਰ ਫਿਲ ਔਰ ਜੰਮੂ ਵੀ ਸਾਡਾ ਅਸੀਂ ਸਪੈਸ਼ਲ 2 ਦਿਨ ਜੰਮੂ ਨੂੰ ਅਣਕੇ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਇਹ ਸਾਰਿਆਂ ਗਿਆ ਕਿ ਸਾਡੀ ਫਿਲਮ ਨੂੰ ਪਿਆਰ ਦਿਓ ਐਨੀ ਹਾਉ ਮਿੱਟੀ ਪਾਓ 6 ਤਾਰੀਖ ਨੂੰ ਹਰ ਸਿਨੇਮਾ ਘਰ ਵਿੱਚ ਆ ਰਹੀ ਹੈ ਤੇ ਆਓ ਇਹਨੂੰ ਦੇਖੋ ਤੇ ਸਾਡੀ ਹੌਸਲਾ ਹਫਜ਼ਾਈ ਕਰੋ ਜੀ ਥੈਂਕ ਯੂ ਜੀ 6 ਅਕਤੂਬਰ ਨੂੰ ਸਿਨੇਮਾ ਘਰ ਤੇ ਛੇ ਅਕਤੂਬਰ ਅਕਤੂਬਰ ਨੂੰ ਸਭਨੇ ਜਾਣਾ ਹੈ ਤੇ ਜੇ ਕੋਈ ਨਹੀਂ ਗਿਆ ਤਾਂ ਮੈਂ ਘਰਾਂ ਚੋਂ ਪਕੜ ਕੇ ਵੀ ਲੈ ਕੇ ਜਾਣਾ ਤੁਹਾਨੂੰ ਪਤਾ ਜੰਮੂ ਕਿੰਨਾ ਛੋਟਾ ਹੈ ਕਿਤੇ ਵੀ ਮਿਲ ਗਿਆ ਨਾ ਤਾਂ ਮੈਂ ਮਾਈਕ ਲੈ ਕੇ ਆ ਜਾਣਾ ਹੈ ਫਿਰ ਤੁਸੀਂ ਦੜ ਦੌੜ ਜਾਣਾ ਹੈ ਇਸ ਕਰਕੇ ਸਾਰੇ ਜਨੇ ਰੈਡੀ ਹੋ ਜਾਓ 6 ਤਰੀਕ ਨੂੰ ਤੇ ਹੁਣ ਸਾਨੂੰ ਉਹ ਇਜਾਜ਼ਤ ਚੱਲਿਆ ਸਸ਼੍ਰੀ ਅਕਾਲ